ਟੋਟਲ ਸਾਡੀਆਂ 835 ਪੰਚਾਇਤਾਂ ਜਿਨ੍ਹਾਂ ਵਿੱਚ 1325 ਜਿਹੜੇ ਸਰਪੰਚ 3263 ਸਾਡੇ ਜਿਹੜੇ ਪੰਚ ਇਲੈਕਸ਼ਨ ਲੜ ਰਹੇ ਆ 435 ਸਰਪੰਚ ਜਿਹੜੇ ਬਿਨਾ ਮੁਕਾਬਲਾ ਜਿਹੜੇ ਆ ਚੁਣੇ ਗਏ ਆ 3032 ਜਿਹੜੇ ਆ ਮੈਂਬਰ ਸਾਡੇ ਬਿਨਾ ਮੁਕਾਬਲਾ ਜਿਹੜੇ ਚੁਣੇ ਗਏ ਆ ਬਾਕੀ ਜਿਹੜੀ ਸਮੂਹਤਲੀ ਸਾਡੀ 15 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀ ਆ ਅਸੀਂ ਸਾਰੇ ਜਿਹੜੇ ਪ੍ਰਵੰਧ ਜਿਹੜੇ ਆ ਉਹਦੇ ਮੁਕੰਮਲ ਜਿਹੜੇ ਬਲਟ ਪੇਪਰ ਸਪਣੇ ਚੱਲ ਗਏ ਆ ਜਿਹੜੇ ਜੋ ਵੀ ਸਮੂਤਲੀ ਜਿੱਥੇ ਕੋਈ ਆਪਣੇ ਬੂਤ ਜਿਹੜੇ ਆ ਕੋਈ ਪਿੰਡਾਂ ਦੇ ਕੋਈ ਖਤਰਨਾਕ ਜਿਹੜੇ ਬੂਤ ਆਪਾਂ ਮੇਥੇ ਗਏ ਆ ਉਥੇ ਫੋਰਸ ਜਿਹੜੀ ਆਪਾਂ ਪਹਿਲਾਂ ਹੀ ਵੱਧ ਲਾਵਾਂਗੇ ਕਿ ਪਾਰਦਰਸ਼ੀ ਜਿਹੜੀ ਲਕਸ਼ਣ ਹੋ ਸਕੇ ਕਿ ਕੋਈ ਜਿਹੜਾ ਵਾ ਕੋਈ ਜਿਹੜਾ ਵਾ ਕੋਈ ਗਲਤ ਜਿਹੜਾ ਅਨਸਰ ਜਿਹੜਾ ਉਹਦਾ ਫਾਇਦਾ ਨਾ ਠਾਵੇ ਜਿਹੜਾ ਲੋਕਾਂ ਨੂੰ ਵੋਟ ਪਾਉਣ ਦਾ ਜਿਹੜਾ ਆਪਾਂ ਇੰਡੀਆ ਦੇ ਸੰਵਿਧਾਨ ਦੇ ਵਿੱਚ ਆਪ ਨੂੰ ਅਧਿਕਾਰ ਮਿਲਿਆ ਮੈਂ ਇਹ ਵੀ ਪੀਲ ਕਰਦਾ ਕਿ ਵੱਧ ਤੋਂ ਵੱਧ ਵੋਟ ਜਿਹੜੇ ਪਾ ਕੇ ਤੇ ਉਹ ਪਾਰਦਰਸ਼ੀ ਵਧੀਆ ਜਿਹੜਾ ਵਾ ਸਰਪੰਚ ਚੁਣ ਜੋ ਪਿੰਡ ਦੀ ਡਿਵੈਲਪਮੈਂਟ ਕਰਾ ਕੇ ਕੋਈ ਜਿਹੜੀ ਅਸਲੀ ਹੀ ਹੈਗੀ ਆ ਸਰਕਾਰ ਉਹ ਪੰਚਾਇਤਾਂ ਤੋਂ ਹੀ ਚੱਲਦੀ ਆ ਕਿ ਪੰਚਾਇਤ ਤੋਂ ਸ਼ੁਰੂ ਹੋ ਕੇ ਮੁੜ ਕੇ ਆਪਣੀ ਜਿਹੜੀ ਵਿਧਾਨ ਸਭਾ ਜਿਹੜੇ ਲੋਕ ਸਭਾ ਚ ਸਾਡੇ ਜਿਹੜੇ ਨਮਾਇंदे ਜਾਂਦੇ ਆ ਉਹ ਥੱਲੇ ਤੋਂ ਹੀ ਪਹਿਲਾਂ ਜਿਹੜੇ ਆਪਣੀ ਸ਼ੁਰੂਆਤ ਕਰਦੇ ਆ ਕਿ ਜਿੱਦਾਂ ਆਪਣੇ ਪਹਿਲੇ ਵੀ ਜਿਹੜੇ ਮੁੱਖ ਮੰਤਰੀ ਬਣੇ ਆ ਉਹ ਮੈਂਬਰੀ ਤੋਂ ਜਾਂ ਸਰਪੰਚ ਤੋਂ ਚੁਣ ਕੇ ਜਿਹੜੇ ਉੱਪਰ ਤੱਕ ਗਏ ਆ ਤੇ ਅਸੀਂ ਇਹ ਫੇਰ ਵੀ ਲੋਕਾਂ ਨੂੰ ਅਪੀਲ ਕਰਦੇ ਕਿ ਵੱਧ ਤੋਂ ਵੱਧ ਜਣੀਆਂ ਉਦੋਂ ਵੋਟਾਂ ਪਾ ਕੇ ਜਿਹੜੀਆਂ ਆਪਣੀ ਵੋਟ ਦਾ ਵਰਤੋਂ ਕੀਤੀ ਜਾਵੇ ਨਾਲ ਅਪੀਲ ਕਰਨ ਕਿ ਸਾਰਿਆਂ ਨੂੰ ਨਾਲ ਲੈ ਕੇ ਸੱਦ ਭਾਵਨਾ ਬਣਾ ਕੇ ਜਿਹੜਾ ਵਾ ਵਧੀਆ ਸਰਪੰਚ ਚੁਣ ਜੋ ਪਿੰਡਾਂ ਦੀ ਡਿਮਾਂਡਮੈਂਟ ਕਰਾ ਸਕੇ ਟੋਟਲ ਸਾਡੀਆਂ 835 ਗ੍ਰਾਮ ਪੰਚਾਇਤਾਂ ਜਿਨ੍ਹਾਂ ਵਿੱਚੋਂ 1325 ਜਿਹੜੇ ਸਰਪੰਚ 3263 ਸਾਡੇ ਜਿਹੜੇ ਪੰਚ ਇਲੈਕਸ਼ਨ ਲੜ ਰਹੇ ਆ 435 ਸਰਪੰਚ ਜਿਹੜੇ ਬਿਨਾਂ ਮੁਕਾਬਲਾ ਜਿਹੜੇ ਆ ਚੁਣੇ ਗਏ ਆ 332 ਜਿਹੜੇ ਆ ਮੈਂਬਰ ਸਾਡੇ ਬਿਨਾਂ ਮੁਕਾਬਲਾ ਜਿਹੜੇ ਚੁਣੇ ਗਏ ਆ ਬਾਕੀ ਜਿਹੜੀ ਸਮੂਤਲੀ ਸਾਡੀ 15 ਤਰੀਕ ਨੂੰ ਲਖਣੋਨ ਜਾ ਰਹੀ ਆ ਅਸੀਂ ਸਾਰੇ ਜਿਹੜੇ ਪ੍ਰਵੰਧ ਜਿਹੜੇ ਆ ਉਹਦੇ ਮੁਕੰਮਲ ਜਿਹੜੇ ਬਲਟ ਪੇਪਰ ਸਪਣੇ ਚੱਲ ਗਏ ਆ ਜਿਹੜੇ ਜੋ ਵੀ ਸਮੂਤਲੀ ਜਿੱਥੇ ਕੋਈ ਆਪਣੇ ਬੂਥ ਜਿਹੜੇ ਆ ਕੋਈ ਪਿੰਡਾਂ ਦੇ ਕੋਈ ਖਤਰਨਾਕ ਜਿਹੜੇ ਬੂਥ ਆਪਾਂ ਮਿੱਥੇ ਗਏ ਆ ਉਥੇ ਫੋਰਸ ਜਿਹੜੀ ਆਪਾਂ ਪਹਿਲਾਂ ਹੀ ਵੱਧ ਲਾਵਾਂਗੇ ਕਿ ਪਾਰਦਰਸ਼ੀ ਜਿਹੜੀ ਲਖਣੋ ਹੋ ਸਕੇ ਕਿ ਕੋਈ ਜਿਹੜਾ ਵਾ ਕੋਈ ਜਿਹੜਾ ਕੋਈ ਗਲਤ ਜਿਹੜਾ ਅਨਸਰ ਜਿਹੜਾ ਉਹਦਾ ਫਾਇਦਾ ਨਾ ਠਾਵੇ ਜਿਹੜਾ ਲੋਕਾਂ ਨੂੰ ਵੋਟ ਪਾਉਣ ਦਾ ਜਿਹੜਾ ਆਪਾਂ ਇੰਡੀਆ ਦੇ ਸੰਵਿਧਾਨ ਦੇ ਵਿੱਚ ਆਪਮਨ ਅਧਿਕਾਰ ਮਿਲਿਆ ਮੈਂ ਇਹ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੋਟ ਜਿਹੜੇ ਪਾ ਕੇ ਤੇ ਉਹ ਪਾਰਦਰਸ਼ੀ ਵਧੀਆ ਜਿਹੜਾ ਵਾ ਸਰਪੰਚ ਚੁਣ ਜੋ ਪਿੰਡ ਦੀ ਡਿਵੈਲਪਮੈਂਟ ਕਰਾ ਕੇ ਕੋਈ ਜਿਹੜੀ ਅਸਲੀ ਹੀ ਹੈਗੀ ਆ ਸਰਕਾਰ ਉਹ ਪੰਚਾਇਤਾਂ ਤੋਂ ਹੀ ਚੱਲਦੀ ਆ ਕਿ ਪੰਚਾਇਤ ਤੋਂ ਸ਼ੁਰੂ ਹੋ ਕੇ ਮੁੜ ਕੇ ਆਪਣੀ ਜਿਹੜੀ ਵਿਧਾਨ ਸਭਾ ਜਿਹੜੀ ਲੋਕ ਸਭਾ ਸਾਡੇ ਜਿਹੜੇ ਨਮਾਇंदे ਜਾਂਦੇ ਆ ਉਹ ਥੱਲੇ ਤੋਂ ਹੀ ਪਹਿਲਾਂ ਜਿਹੜੇ ਆਪਣੀ ਸ਼ੁਰੂਆਤ ਕਰਦੇ ਆ ਕਿ ਜਿੱਦਾਂ ਆਪਣੇ ਪਹਿਲੇ ਵੀ ਜਿਹੜੇ ਮੁੱਖ ਮੰਤਰੀ ਬਣੇ ਆ ਉਹ ਮੈਂਬਰੀ ਤੋਂ ਜਾਂ ਸਰਪੰਚ ਤੋਂ ਚੁਣ ਕੇ ਜਿਹੜੇ ਉੱਪਰ ਤੱਕ ਗਏ ਆ ਤੇ ਅਸੀਂ ਇਹ ਫੇਰ ਵੀ ਲੋਕਾਂ ਨੂੰ ਅਪੀਲ ਕਰਦੇ ਕਿ ਵੱਧ ਤੋਂ ਵੱਧ ਜਣੀਆਂ ਉਦੋਂ ਵੋਟਾਂ ਪਾ ਕੇ ਜਿਹੜੀਆਂ ਆਪਣੀ ਵੋਟ ਦਾ ਵਰਤੋਂ ਕੀਤੀ ਜਾਵੇ ਨਾਲ ਅਪੀਲ ਕਰਨ ਕਿ ਸਾਰਿਆਂ ਨੂੰ ਨਾਲ ਲੈ ਕੇ ਸੱਦ ਭਾਵਨਾ ਬਣਾ ਕੇ ਜਿਹੜਾ ਵਾ ਵਧੀਆ ਸਰਪੰਚ ਚੁਣਨ ਜੋ ਪਿੰਡਾਂ ਦੀ ਡਿਮਾਂਡਮੈਂਟ ਕਰਾ ਸਕੇ